ਸਤਿ ਸ਼੍ਰੀ ਅਕਾਲ, ਮੈਂ ਡਾਕਟਰ ਗੌਰਵ ਜੀ। ਅਤੇ ਇਸ ਵੀਡੀਓ ਦੇ ਵਿੱਚ ਆਪਾਂ ਜਲਵਾ ਦੇਖਣ ਲੱਗੇ ਹਾਂ ਮਿੱਤਰ ਕੀੜਿਆਂ ਦਾ, ਅਤੇ ਸਮਝ ਆਜੂਗੀ ਵੀ ਮਿੱਤਰ ਕੀੜੇ ਕਿਉਂ ਜ਼ਰੂਰੀ ਨੇ। ਇਹ ਵਾਹਣ ਦੇ ਵਿੱਚ ਆਪਾਂ ਹਾਲੇ ਕੋਈ ਜ਼ਹਿਰ ਨਹੀਂ ਪਾਈ ਹੈਗੀ, ਨਾ ਕੋਈ ਸਪਰੇਅ ਕਰੀ ਹੈ, ਨਾ ਕੋਈ ਪਦਾਨ, ਕੋਈ ਫਿਪਰੋਨਿਲ, ਕੁਝ ਵੀ ਨਹੀਂ ਪਾਇਆ। ਪਰ ਆਪ ਮੱਕੜ ਜੇ ਆਪਾਂ ਦੇਖੀਏ, ਆਹ ਪਿਆ ਆਪ ਮੱਕੜ ਜਾਲੇ 'ਚ ਫਸਿਆ, ਅਤੇ ਆਹ ਉੱਪਰ ਇੱਕ ਇਹਦੇ ਮਿੱਤਰ ਕੀੜਾ ਕਹਿ ਲਓ, ਭਾਵੇਂ ਇਹਨੂੰ ਆਪਾਂ ਮੱਕੜੀ ਕਹਿ ਲਈਏ, ਕਾਹ ਪਿਆ। ਇਸੇ ਤਰੀਕੇ ਨਾਲ ਆਪਾਂ ਅੱਗੇ ਚੱਲਦੇ ਹਾਂ, ਇਹਦੇ ਵਿੱਚ ਦੀ ਝੋਨੇ ਦੇ ਵਿੱਚ ਦੀ ਲੰਘਦੇ ਹਾਂ, ਅੱਗੇ ਦੇਖਦੇ ਹਾਂ। ਆ ਪਏ ਨੇ ਆਹ ਫੀਡ ਕਰ ਰਹੇ ਇਹਦੇ ਉੱਪਰ ਮਿੱਤਰ ਕੀੜੇ ਜਾਂ ਮੱਕੜੀ, ਇਹਨਾਂ ਦੇ ਉੱਪਰ ਲੱਗੀ ਹੋਈ ਆ ਉਹ। ਅਤੇ ਇਸ ਤੋਂ ਅੱਗੇ ਅਸੀਂ ਚੱਲਦੇ ਹਾਂ ਵਿੱਚ ਦੀ ਵੀ, ਆ ਪਿਆ। ਅਤੇ ਆਹ ਮਿੱਤਰ ਕੀੜਿਆਂ ਨੇ ਮੱਕੜੀਆਂ ਨੇ ਜਾਲੇ ਪਾਏ ਹੋਏ ਨੇ, ਆ ਪਿਆ ਲਮਕਦਾ ਮੱਕੜ। ਤਾਂ ਇਹ ਕੋਈ ਐਂ ਨਹੀਂ ਹੈ ਵੀ ਇੱਕੜ ਦੁੱਕੜ ਹੈ, ਵੀ ਮਿੱਤਰ ਕੀੜੇ ਕਿਤੇ ਮਾੜੀ ਮੋਟੀ ਮਦਦ ਕਰਦੇ ਨੇ। ਮਿੱਤਰ ਕੀੜੇ ਬਹੁਤ ਮਦਦ ਕਰਦੇ ਨੇ। ਅੱਗੇ ਚੱਲਦੇ ਹਾਂ ਆਪਾਂ, ਆ ਪਿਆ। ਅਤੇ ਬਹੁਤ ਸਾਰੇ ਨੇ ਇਹ, ਬਹੁਤ ਸਾਰੇ ਮੱਕੜ ਨੇ, ਉਹ ਪਿਆ, ਆ ਪਏ ਨੇ, ਆ ਪਿਆ। ਜਮਾਂ ਝੋਨਾ ਸਾਫ ਆ, ਆ ਪਿਆ। ਆਹ ਦੇਖੋ, ਇਹ 'ਤੇ ਹਮਲਾ ਹੋ ਚੁੱਕਿਆ ਇਸ ਮੂਜੇ ਦੇ ਉੱਪਰ, ਤਣਾ ਛੇਦਕਦਾ, ਤਣਾ ਇਹਨੇ ਵੱਢ ਵੀ ਦਿੱਤਾ ਇੱਥੋਂ। ਆਹ ਦੋ ਬੂਟੇ ਨੇ ਇੱਥੇ ਜਿਨ੍ਹਾਂ ਦੇ ਤਣੇ ਕੱਟੇ ਜਾ ਚੁੱਕੇ ਨੇ, ਪਰ ਇਹੀ ਹਾਲੇ ਨਿਊਟ੍ਰੀਐਂਟਸ ਨੇ, ਉਹ ਇਹਦੀਆਂ ਹੋਰ ਸ਼ਾਖਾਵਾਂ ਤੱਕ ਚੱਲੇ ਜਾਣਗੇ। ਅਤੇ ਅਗਲੀ ਇੱਕ ਵੀਡੀਓ ਮੈਂ ਇਸੇ ਦੇ ਉੱਪਰ, ਹੁਣ ਜਿਵੇਂ ਆਪਾਂ ਗੱਲ ਕਰ ਰਹੇ ਹਾਂ ਵੀ ਆਪਾਂ ਕਦੋਂ, ਆਹ ਦੇਖੋ ਆਹ ਤੁਰੇ ਜਾਂਦੇ ਨੂੰ ਫਿਰ ਕਿੰਨੇ ਹੀ ਦਿਖ ਗਏ, ਵੀ ਆਪਾਂ ਕਦੋਂ ਸਪਰੇਅ ਕਰਨੀ ਆ, ਉਹਦਾ ETL ਲੈਵਲ ਆਪਦੇ ਆਪ ਆਪਾਂ ਕਿਵੇਂ ਕੱਢ ਸਕਦੇ ਹਾਂ। ਇੱਕ ਜਮਾਂ ਹੀ ਸੌਖਾ ਜਿਹਾ ਤਰੀਕਾ APR 131 ਹੈ। ਹਾਲਾਂਕਿ ਆਹ ਇੱਕ ਮੱਕੜੇ ਦਾ ਭੱਜਿਆ ਫਿਰਦਾ ਹੈ, ਪੱਤਲ ਭੇਟ ਦਾ ਮੱਕੜ ਹੈ ਜਿਹੜਾ ਉਹ ਫਿਰਦਾ, ਇੱਕੜ ਦੁੱਕੜ ਮੱਕੜਾਂ ਦਾ ਕੋਈ ਉਹ ਨਹੀਂ ਹੈ। ਉਨੇ ਕੁ ਆਪਣੇ ਕੋਲ ਮਿੱਤਰ ਕੀੜੇ ਹੈਗੇ ਆ ਜਿਹੜੇ ਇਹਨਾਂ ਨੂੰ ਕੰਟਰੋਲ ਕਰ ਸਕਦੇ ਨੇ, ਆਹ ਪਿਆ। ਤਾਂ ਕਹਿਣ ਦਾ ਮਤਲਬ, ਜੇ ਤੁਹਾਡੇ ਖੇਤ 'ਚ ਮਿੱਤਰ ਕੀੜੇ ਹੈਗੇ ਤਾਂ ਜ਼ਹਿਰਾਂ ਸੋਚ ਸਮਝ ਕੇ ਪਾਓ, ਕਿਸੇ ਨੂੰ ਐਂ ਨਹੀਂ ਕਹਿੰਦੇ ਵੀ ਨਾ ਪਾਓ ਜਾਂ ਪਾਓ, ਪਰ ਮੈਂ ਤਾਂ ਦਿਖਾ ਰਿਹਾ ਵੀ ਜੋ ਅਸਲ ਦੇ ਵਿੱਚ ਆਪਣੇ ਖੇਤ 'ਚ ਕੁਦਰਤ ਵਾਪਰ ਰਹੀ ਹੈ ਉਹ ਕਿਹੋ ਜਿਹੀ ਹੈ। ਬਹੁਤ ਬਹੁਤ ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ।